ਹਾਂਜੀ ਕਿੰਨੀਆਂ ਕੁ ਪਹਿਲੇ ਦਿਨ ਅਸਲਾਮ ਵਾਲੇਕੁਮ ਜੀ ਵਾਲੇਕੁਮ ਸਲਾਮ ਭਾਅ ਜੀ ਯਾਰ ਇੱਕ ਨਾ ਆਪਣਾ ਬੱਕਰਾ ਸੀ ਭਾਅ ਜੀ ਕਰਨਾ ਯਾਰ ਬੱਕਰਾ ਕਰਨਾ ਤੇਰਾ ਦਿਮਾਗ ਸਹੀ ਹੈ ਦੋ ਦਿਨ ਤੋਂ ਇਹਦੇ ਰਹਿ ਗਏ ਇੰਨੇ ਮੇਰੇ ਕੋਲ ਅੱਗੇ ਟਾਈਮ ਆ ਯਕੀਨ ਕਰ ਮੈਂ ਲੋਕਾਂ ਦੇ ਆਵੇ ਨੰਬਰ ਬਲਾਕ ਕੀਤੇ ਤੈਨੂੰ ਪਤਾ ਮਸ਼ਹੂਰ ਹਾਂ ਮਰੂਫ ਕਸਾਈ ਹਾਂ ਮੈਂ ਸਭ ਤੋਂ ਪਹਿਲਾਂ ਲੋਕੀ ਮੇਰੇ ਕੋਲ ਆਉਂਦੇ ਜਦੋਂ ਨਹੀਂ ਕੋਈ ਲੱਗਦਾ ਫੇਰ ਕਿਤੇ ਹੋਰ ਕਿਤੇ ਜਾਂਦੇ ਤੂੰ ਯਾਰ ਆਪਣਾ ਬੰਦਾ ਹੋਵੇ ਤੈਨੂੰ ਨਹੀਂ ਪਤਾ ਤੂੰ ਆਖਿਆ ਹੋਣਾ ਚੱਲ ਘਰ ਦੀ ਮੁਰਗੀ ਦਾਲ ਬਰਾਬਰ ਇਹਨੂੰ ਬਾਅਦ ਚ ਚੱਲ ਜਾਂਗੇ ਭਾਈ ਬਸ ਪਤਾ ਨਹੀਂ ਲੱਗਾ ਯਾਰ ਪਹਿਲਾਂ ਆਇਆ ਗਾ ਫਿਰ ਉਹ ਟਾਈਮ ਹੈ ਤੇ ਦੱਸ ਦੋ ਭਾਈ ਮਜਬੂਰ ਹੁਣ ਤੇਰੇ ਵਾਸਤੇ ਕੱਢਣਾ ਹੀ ਪੈਣਾ ਭਾਈ ਟਾਈਮ ਫੂਫੀ ਦਾ ਮੁੰਡਾ ਫਿਰ ਹੁਣ ਇਹ ਤੇ ਗੱਲ ਕਰ ਲੈਂਦੇ ਵੇ ਯਾਰ ਹੈ ਕੋਈ ਟਾਈਮ ਤੀਸਰੇ ਦਿਨ ਸੂਰਜ ਡੁੱਬਣ ਤੋਂ 2 ਮਿੰਟ ਪਹਿਲਾਂ ਟਾਈਮ ਬਸ ਸੂਰਜ ਡੁੱਬਣ ਤੋਂ 2 ਮਿੰਟ ਪਹਿਲੇ ਠੀਕ ਹੈ ਯਾਰ ਕਾਰਤਾਂ ਕੀਤੇ ਤੀਸਰੇ ਦਿਨ ਯਾਰ ਸੂਰਜ ਡੁੱਬਣ ਤੋਂ 2 ਯਾਰ ਸੂਰਜ ਡੁੱਬਣ ਇਹਦੇ ਤੀਸਰੇ ਦਿਨ ਸੂਰਜ ਡੁੱਬਣ ਤੋਂ 2 ਮਿੰਟ ਪਹਿਲੇ ਆਪਾਂ ਤਕਬੀਰ ਫੇਰ ਦੇਣੀ ਬਿਸਮਿਲ੍ਲਾਹ ਅੱਲਾਹੁ ਅਕਬਰ ਕੁਰਬਾਨੀ ਤੇਰੀ ਹੋ ਜਾਣੀ ਆਪਾਂ ਨਾਲ ਬਾਅਦ ਚਲਾ ਲਾ ਇਦਾਂ ਨਾ ਯਾਰ ਹੁਣ ਇਹ ਵੀ ਯਕੀਨ ਕਰ ਤੇਰਾ ਕਰਕੇ ਨਹੀਂ ਤੇ ਤੈਨੂੰ ਪਤਾ ਈਦ ਉਸ ਤੋਂ ਬਾਅਦ ਮੁੰਡੇ ਨੂੰ ਮੈਂ ਕਲਮੀਆਂ ਵਾਲੀ ਦਵਾਇਆਂ ਨੂੰ ਮੈਂ ਕੱਲਾਂ ਚ ਰਹਿਣੀ ਹੋਈ ਤੇਰਾ ਕਰਕੇ ਡੱਕਣਾ ਠੀਕ ਆ ਬਸ ਠੀਕ ਆ ਹੁਣ ਇਹੀ ਆ ਓਕੇ ਹੋ ਗਿਆ ਬਸ ਠੀਕ ਆ ਹੁਣ ਈਦ ਦੇ ਤੀਸਰੇ ਦਿਨ ਪਹੁੰਚ ਜਾ ਕੇ ਠੀਕ ਆ ਪਹਿਲੋ ਆਏਗਾ ਤਾਂ ਟਾਈਮ ਨਾ ਨਹੀਂ ਤੇ ਮੈਂ ਗਾਂ ਨਹੀਂ ਵੇਖਣਾ ਕਿ ਫੁੱਫੀ ਦਾ ਮੁੰਡਾ ਮੇਰੇ ਵਾਸਤੇ ਉਹ ਭਾਈ 2 ਮਿੰਟ ਚੱਲ 4 ਮਿੰਟ ਪਹਿਲੇ ਕਰ ਲਾਂਗੇ ਫਿਰ ਮੇਰੀ ਫੁੱਫੀ ਦਾ ਮੁੰਡਾ ਕਸਟਮਰ ਮੇਰੇ ਵਾਸਤੇ ਸਭ ਤੋਂ ਜ਼ਿਆਦਾ ਇੰਪੋਰਟੈਂਟ ਆ ਸਾਜੀ ਸਾਲ ਪਹਿਲਾਂ ਮੈਂ ਕਹਿ ਰਿਹਾ ਸਾਲ ਪਹਿਲਾਂ ਮੈਂ ਅਗਲੀ ਵਾਰ ਮੇਰੇ ਹਾਲ ਮੇਰੇ ਅਗਲੀ ਵਾਰ ਨੂੰ ਪਹਿਲੀ ਕੁਰਬਾਨੀ ਲੈ ਗਏ ਅਗਲੇ ਦਿਨ ਦੀ ਪਹਿਲੀ ਕੁਰਬਾਨੀ ਦੇ ਅੱਲਾ ਤੇ ਬਾਕੀ ਇੰਤਜ਼ਾਮ ਕਰ ਲਈ ਫਿਰ ਫੋਲ ਹੈ ਪਤਾ ਕਿ ਭਾਈ ਮਸ਼ਹੂਰ ਅਮਰੂ ਹਾਂ ਮੇਰੇ ਤੇ ਆਵੇ YouTube ਤੇ ਮੇਰੇ ਸਬਸਕ੍ਰਾਈਬਰ ਵੇਖ ਕਿੰਨੇ ਆ TikTok ਤੇ ਵੇਖ ਕਿੰਨੇ ਫਾਲੋਅਰ ਤੁਹਾਡੇ ਕੋ ਆਇਆ ਦੀ ਕੁਰਬਾਨੀ ਪਹਿਲੇ ਆਇਆ ਲੈਣਦੇ ਆ ਨਹੀਂ ਜੀ ਆਇਆ ਮੈਂ ਤਾਂ ਉਹਨਾਂ ਤੁਹਾਡੇ ਕੋ ਚਲ ਠੀਕ ਆ ਹੋ ਜਾਏਗਾ ਓਕੇ ਸਲਾਮ ਦੇਣ ਵਾਲਿਆ ਠੀਕ ਆ।